ਸਤਿ ਸ਼੍ਰੀ ਅਕਾਲ, ਮੈਂ ਮਨਦੀਪ ਕੌਰ। ਤੁਸੀਂ ਬਣੇ ਹੋਏ ਹੋ ਪੰਜਾਬ ਫੋਕਸ ਟੀਵੀ ਦੇ ਨਾਲ। ਉਹ ਨਜ਼ਰ ਆ ਰਹੀ ਹੈ ਅੱਜ ਦੀ ਇੱਕ ਵੱਡੀ ਖਬਰ ਤੇ। ਰੇਲ ਰੁਕੋ 97ਵੇਂ ਦਿਨ ਵਿੱਚ ਜਾਰੀ ਅੰਦੋਲਨ ਦੀ ਰੂਪ ਰੇਖਾ ਦਾ ਐਲਾਨ ਕੱਲ 2 ਵਜੇ ਕੀਤਾ ਜਾਵੇਗਾ। ਕੈਪਟਨ ਸਰਕਾਰ ਮੁੱਦਿਆਂ ਦੇ ਪ੍ਰਚਾਰ ਦੀ ਕਿਸਾਨਾਂ ਖਿਲਾਫ ਕਰ ਰਹੀ ਦੁਰਵਰਤੋਂ। ਰਿਪੋਰਟਰ ਮਨਦੀਪ ਸਿੰਘ ਅੰਮ੍ਰਿਤਸਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਰੇਲ ਰੁਕੋ ਅੰਦੋਲਨ ਅੱਜ 97ਵੇਂ ਦਿਨ ਵਿੱਚ ਦਾਖਲ ਹੋ ਗਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਜੋ ਕੈਪਟਨ ਸਰਕਾਰ ਪ੍ਰਚਾਰ ਮਾਧਿਅਮ ਰਾਹੀਂ ਮੁੱਦਿਆਂ ਦਾ ਦੁਰਪ੍ਰਚਾਰ ਕਿਸਾਨਾਂ ਖਿਲਾਫ ਕਰ ਰਹੀ ਹੈ, ਉਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਬਿਜਲੀ 3 ਰੁਪਏ ਯੂਨਿਟ ਮੁੱਲ ਵਿੱਚ ਖਰੀਦੀ ਜਾ ਸਕਦੀ ਹੈ। ਪ੍ਰਾਈਵੇਟ ਥਰਮਲ ਪਲਾਂਟਾਂ ਦੀ ਬਿਜਲੀ ਮਹਿੰਗੀ ਪੈਂਦੀ ਹੈ। ਬਿਜਲੀ ਦੇ ਕੱਟ ਵੀ ਜਾਣਬੁੱਝ ਕੇ ਲਗਾਏ ਜਾ ਰਹੇ ਹਨ। ਅੱਜ ਦੇਵੀਦਾਸਪੁਰਾ ਰੇਲਵੇ ਟਰੈਕ ਵਿਖੇ ਕੱਟ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪਧੇਰ, ਗੁਰਬਚਨ ਸਿੰਘ ਚੱਬਾ, ਹਰਪ੍ਰੀਤ ਸਿੰਘ ਸਿੱਧਵਾਲ, ਲਖਵਿੰਦਰ ਸਿੰਘ ਵਰਿਆਮਗਿੱਲ ਨੇ ਕਿਹਾ ਕਿ ਜ਼ਰੂਰੀ ਵਸਤੂਆਂ ਦੀ ਘਾਟ ਤੇ DAP ਖਾਦ ਆਦਿ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅੰਦੋਲਨ ਵਾਲੇ 11 ਅਕਤੂਬਰ ਨੂੰ 2 ਵਜੇ ਐਲਾਨ ਕੀਤਾ ਜਾਵੇਗਾ। 1500 ਨੂੰ ਬਾਸਮਤੀ ਤੇ ਨਰਮਾ ਮੰਡੀਆਂ ਵਿੱਚ ਰੁਲ ਰਿਹਾ ਹੈ। ਝੋਨੇ ਦੇ ਰੇਟ 300 ਤੋਂ 400 ਰੁਪਏ ਦੀ ਵਪਾਰੀ ਲੁੱਟ ਕਰ ਰਹੇ ਹਨ, ਪਰ ਸਰਕਾਰ ਮੁੱਖ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ, ਜਿਸ ਨਾਲ ਕਿਸਾਨਾਂ ਦਾ ਆਰਥਿਕ ਤੌਰ ਤੇ ਵੱਡੇ ਪੱਧਰ ਉੱਤੇ ਸ਼ੋਸ਼ਣ ਹੋ ਰਿਹਾ ਹੈ। ਤੇ ਜ਼ਿਲ੍ਹਿਆਂ ਦੇ DCG ਵੱਲੋਂ ਬਿਆਨ ਦੇਣਾ ਹਾਸੋਹੀਣਾ ਹੈ ਕਿ ਸਰਕਾਰੀ ਰੇਟ ਤੋਂ ਘੱਟ ਖਰੀਦਣ ਵਾਲੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਵੇਂ ਭਗਤਾਂ ਵਾਲਾ ਮੰਡੀ, ਰਈਆ, ਜੰਡਿਆਲਾ ਗੁਰੂ ਆਦਿ ਮੰਡੀਆਂ ਵਿੱਚ ਸਸਤੇ ਭਾਅ ਝੋਨਾ ਖਰੀਦ ਕੇ ਵੱਡੇ ਪੱਧਰ ਉੱਤੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਪਰਾਲੀ ਵਾਲੇ ਮੁੱਦੇ ਤੇ ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ। ਮੋਦੀ ਸਰਕਾਰ ਫੁੱਟ ਪਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੀ ਹੈ। ਕਾਰਪੋਰੇਟ ਕਿਰਾਇਆਂ ਖਿਲਾਫ ਅੰਦੋਲਨ ਤੇਜ਼ ਹੋ ਰਿਹਾ ਹੈ, ਜੋ ਸੰਘਰਸ਼ ਨੂੰ ਜਿੱਤ ਵੱਲੇ ਲੈ ਜਾਵੇਗਾ। ਇਸ ਮੌਕੇ ਧੰਨਾ ਸਿੰਘ, ਲਾਲੂ ਘੁੰਮਣ ਸਿੰਘ, ਜਰਨੈਲ ਸਿੰਘ, ਹਰਪਾਲ ਸਿੰਘ, ਹਰਦੀਪ ਸਿੰਘ, ਮਨਜਿੰਦਰ ਸਿੰਘ, ਅੰਗਰੇਜ਼ ਸਿੰਘ, ਕੁਲਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਸਤਨਾਮ ਸਿੰਘ, ਲਖਵਿੰਦਰ ਸਿੰਘ, ਸਲਵਿੰਦਰ ਸਿੰਘ, ਮੁਖਤਿਆਰ ਸਿੰਘ, ਅਮਰੀਕ ਸਿੰਘ, ਜੱਸਾ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਸਤਿ ਸ਼੍ਰੀ ਅਕਾਲ, ਤੁਸੀਂ ਬਣੇ ਰਹੋ ਪੰਜਾਬ ਫੋਕਸ ਟੀਵੀ ਦੇ ਨਾਲ।